ਤਿਉਹਾਰ ਲੱਗਣੇ ਸ਼ੁਰੂ ਹੋਏ, ਟੈਲੀਵਿਜ਼ਨ 'ਤੇ ਪ੍ਰੋਗਰਾਮ ਆਉਣੇ ਸ਼ੁਰੂ ਹੋਏ, ਯੂਟਿਊਬ 'ਤੇ ਚੈਨਲ ਬਣ ਗਏ, ਸੋਸ਼ਲ ਮੀਡੀਆ 'ਤੇ ਚੈਨਲ ਬਣ ਗਏ, ਉਹ ਇਸ ਕਦਰ ਪ੍ਰਬਲ ਹੋ ਗਏ ਨੇ ਕਿ ਹੁਣ ਇਹ ਧਰਮ ਤੋਂ ਵੀ ਜ਼ਿਆਦਾ ਪ੍ਰਮੁੱਖਤਾ ਲੈ ਗਏ ਨੇ। ਅਜਿਹੇ ਪਖੰਡਵਾਦ ਤੋਂ ਸਾਨੂੰ ਆਪਣੇ ਸਮਾਜ ਨੂੰ, ਆਪਣੀ ਮਨੋਬਿਰਤੀ ਨੂੰ ਸੁਧਾਰ ਕੇ ਮੁਕਤ ਕਰਨਾ ਪੈਣਾ। ਅਜਿਹੀਆਂ ਨੂੰ ਲੱਤਾਂ ਮਾਰਨੀਆਂ ਪੈਣੀਆਂ ਨੇ। ਸਮਾਜ ਫਿਰ ਗਲਤਾਨ ਹੋ ਰਿਹਾ। ਤੁਸੀਂ ਦੇਖੋਗੇ ਹਰ ਸੜਕ 'ਤੇ ਕਿਸੇ ਨਾ ਕਿਸੇ ਪੀਰ ਦੀ ਸਮਾਧ ਬਣੀ ਹੋਈ ਹੈ, ਔਰ ਉਸ ਪੀਰ ਦੀ ਸਮਾਧ ਨੂੰ ਬਣਾਉਣ ਵਾਲਾ ਕੋਈ ਨਾ ਕੋਈ ਹਿੰਦੂ ਬ੍ਰਾਹਮਣ ਵੀ ਪ੍ਰਵਾਦੀ ਹੈ। ਉਸ 'ਤੇ ਲਾਈਨਾਂ ਲਵਾ ਕੇ ਖੜੇ ਹੋਣ ਵਾਲੇ ਵੀ ਪਹਿਲਾਂ ਸਾਰੇ ਹਿੰਦੂ ਬ੍ਰਾਹਮਣ ਐਸਸੀ ਬੀਸੀ ਜਮਾਤ ਵਿੱਚੋਂ ਲੋਕ ਹੁੰਦੇ ਨੇ। ਫਿਰ ਉੱਥੇ ਤੁਸੀਂ ਦੇਖੋਗੇ ਉਹ ਕਾਰਾਂ ਖੜੀਆਂ ਕਰ ਕਰਕੇ ਲਾਈਨਾਂ ਲਾ ਲਾ ਕੇ ਮੱਥੇ ਟੇਕ ਟੇਕਦੇ ਨੇ, ਅਤੇ ਫਿਰ ਸਾਰਾ ਦੇਖਾ ਦੇਖੀ ਸਮਾਜ ਵੀ ਤੁਰ ਪੈਂਦਾ ਵੀ ਇੱਥੋਂ ਇਸ ਪੀਰ ਤੋਂ ਤਾਂ ਬਹੁਤ ਕੁਛ ਮਿਲਦਾ। ਤੁਸੀਂ ਆਪਣੇ ਘਰ ਆਪਣੀ ਇੱਕ ਕੰਧ ਨੂੰ ਹੀ ਪੀਰ ਮੰਨ ਲਓ ਅਤੇ ਉਸ 'ਤੇ ਰੋਜ਼ ਮੱਥੇ ਟਿਕਾਉਣੇ ਸ਼ੁਰੂ ਕਰ ਦਿਓ। ਈਵਨ ਜਿਹੜੇ ਪੀਰਾਂ ਦੀਆਂ ਸਮਾਧਾਂ ਬਣਾਈਆਂ ਜਾਂਦੀਆਂ ਨੇ, ਮੁਸਲਮਾਨ ਧਰਮ ਵਿੱਚ ਕਿਸੇ ਵੀ ਪੀਰ ਦੀ ਸਮਾਧ ਦੀ ਪੂਜਾ ਦੀ ਕੋਈ ਆਗਿਆ ਨਹੀਂ ਹੈ। ਅਤੇ ਜਿੰਨੇ ਪੀਰ ਨੇ ਸਾਰੇ ਹੀ ਮੁਸਲਮਾਨ ਘੋਸ਼ਿਤ ਕੀਤੇ ਗਏ ਨੇ, ਅਤੇ ਉੱਥੇ ਜਿੰਨੇ ਵੀ ਉਪਾਸ਼ਕ ਨੇ ਸਾਰੇ ਹਿੰਦੂ, ਅਤੇ ਉੱਥੇ ਜਿੰਨੇ ਵੀ ਉਪਾਸ਼ਕ ਨੇ ਸਾਰੇ ਹਿੰਦੂ। ਤੁਸੀਂ ਉੱਥੇ ਮੁਸਲਮਾਨ ਨਹੀਂ ਦੇਖੋਗੇ, ਸਿੱਖ ਦੇਖੋਗੇ, ਬੀਸੀ ਦੇਖੋਗੇ, ਐਸਸੀ ਦੇਖੋਗੇ। ਯੂਟਿਊਬ ਚੈਨਲ ਸੀ5 ਪੰਥ ਖਾਲਸਾ ਤੋਂ ਮੈਂ ਤੁਹਾਡਾ ਆਪਣਾ ਤਿੰਦਰਪਾਲ ਸਿੰਘ ਸਮੂਹ ਦਰਸ਼ਕਾਂ ਦਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਸ਼ਲ ਮੀਡੀਆ ਦੀ ਗੱਲ ਕਰੀਏ, ਪ੍ਰਿੰਟ ਮੀਡੀਆ ਦੀ ਗੱਲ ਕਰੀਏ, ਫੇਸਬੁੱਕ ਦੀ ਗੱਲ ਕਰੀਏ, ਯੂਟਿਊਬ ਚੈਨਲ ਦੀ ਗੱਲ ਕਰੀਏ, ਅਤੇ ਆਓ ਕੁਛ ਥੋੜ੍ਹੀ ਜਿਹੀ ਗੱਲ ਹੋਰ ਟੈਲੀਵਿਜ਼ਨ ਦੀ ਵੀ ਕਰੀਏ। ਅੱਜ ਕੱਲ੍ਹ ਇਹਨਾਂ ਸਾਰਿਆਂ 'ਤੇ ਹੀ ਸਭ ਤੋਂ ਵੱਧ ਪ੍ਰੋਗਰਾਮ ਕਿਸ ਦੇ ਚੱਲਦੇ ਹਨ? ਇਹ ਇੱਕ ਸੋਚਣ ਵਿਚਾਰਨ ਵਾਲੀ ਬੜੀ ਹੀ ਵੱਡੀ, ਕਿਉਂਕਿ ਦਿਮਾਗ ਨੂੰ ਬਿਰਤਾਂਤ ਦੇਣ ਵਾਲੀ ਅਤੇ ਦਿਮਾਗ ਦੇ ਅੰਦਰ ਨਵੇਂ ਬਿਰਤਾਂਤ ਸਿਰਜਣ ਵਾਲੀਆਂ ਇਹ ਇੱਕ ਸੰਸਥਾਵਾਂ ਬਣ ਗਈਆਂ ਨੇ ਆਪਣੇ ਆਪ ਵਿੱਚ। ਇਸ 'ਤੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਜਿਵੇਂ ਜਿਵੇਂ ਟੈਲੀਵਿਜ਼ਨ 'ਤੇ ਲੋਕ ਜੁੜ ਰਹੇ ਨੇ, ਉਵੇਂ ਉਵੇਂ ਅਸੀਂ ਦੇਖਦੇ ਜਾ ਰਹੇ ਹਾਂ ਟੈਲੀਵਿਜ਼ਨ ਦਾ ਜਿਹੜਾ ਰੁਝਾਨ ਹੈ, ਜਾਂ ਤਾਂ ਮਿੱਥਾਂ 'ਤੇ ਹੈ ਅਤੇ ਬਹੁ ਸੰਖਿਅਕ ਸਮਾਜ ਦੇ ਉਹਨਾਂ ਮਿੱਥਾਂ 'ਤੇ ਹੈ ਜਿਹੜੇ ਕਦੇ ਘਟਨਾਵਾਂ ਵਾਪਰੀਆਂ ਹੀ ਨਹੀਂ ਅਤੇ ਉਹਨਾਂ ਨੂੰ ਅਸੀਂ ਸੱਚ ਬਣਾ ਕੇ ਪੇਸ਼ ਕਰ ਰਹੇ ਹਾਂ। ਦੂਸਰਾ ਸਭ ਤੋਂ ਵੱਡਾ ਬਿਰਤਾਂਤ ਸਿਰਜਿਆ ਜਾ ਰਿਹਾ ਟੂਣੇ ਟੋਟਕਿਆਂ ਅਤੇ ਜਾਦੂ ਮੰਤਰਾਂ, ਕਾਲੇ ਜਾਦੂਆਂ ਦਾ, ਜੋਤਸ਼ੀਆਂ ਦਾ, ਗ੍ਰਹਿਆਂ ਦਾ, ਇੰਜ ਕਰ ਲਓ ਅਤੇ ਆ ਹੋਊਗਾ, ਇੰਜ ਕਰ ਲਓ ਅਤੇ ਆ ਹੋਊਗਾ, ਇਹ ਸਾਰਾ ਕੁਛ ਚੱਲ ਰਿਹਾ। ਇਹਨਾਂ ਦੇ ਪਰਮਾਨੈਂਟ ਚੈਨਲ ਚੱਲਦੇ ਪਏ ਨੇ। ਜਿਵੇਂ ਜਿਵੇਂ ਇਹ ਵੱਧਦੇ ਪਏ ਨੇ, ਉਵੇਂ ਉਵੇਂ ਇਹਨਾਂ ਦੀ ਯੂਟਿਊਬ 'ਤੇ ਵੀ ਐਡ ਵੱਧ ਰਹੀ ਹੈ, ਟੈਲੀਵਿਜ਼ਨ 'ਤੇ ਵੀ ਐਡ ਵੱਧ ਰਹੀ ਹੈ। ਬਹੁਤ ਘੱਟ ਤੁਸੀਂ ਪ੍ਰੋਗਰਾਮ ਦੇਖੋਗੇ, ਬਹੁਤ ਘੱਟ ਤੁਸੀਂ ਅਖਬਾਰ ਦੇਖੋਗੇ, ਨਾ ਮਾਤਰ ਹੀ ਕਿ ਜਿਹੜੇ ਕਹਿੰਦੇ ਨੇ ਕਿ ਬਈ ਅਸੀਂ ਇਹਨਾਂ ਪਖੰਡੀਆਂ ਦੀ ਜਾਂ ਸਮਾਜ ਨੂੰ ਕੁਰਾਹੇ ਪਾਉਣ ਵਾਲਿਆਂ ਦੀ, ਭਰਮਾਂ ਭੁਲੇਖਿਆਂ 'ਚ ਪਾਉਣ ਵਾਲਿਆਂ ਦੀਆਂ ਐਡਵਰਟਾਈਜ਼ਮੈਂਟ ਨਹੀਂ ਲਾਉਣੀਆਂ। ਤੁਹਾਡਾ ਆਪਣਾ ਚੈਨਲ ਹੈਗਾ ਸੀ5 ਪੰਥ ਖਾਲਸਾ, ਜਿੱਥੇ ਕੋਈ ਐਡ ਨਹੀਂ ਲੱਗਦੀ। ਅਸੀਂ ਜਾਤੀ ਤੌਰ 'ਤੇ ਆਪਣੀ ਐਡ ਨਹੀਂ ਲਾਉਂਦੇ, ਨਾ ਹੀ ਅਸੀਂ ਕਿਸੇ ਤੋਂ ਐਡ ਹੀ ਲੈਂਦੇ ਹਾਂ, ਅਸੀਂ ਤਾਂ ਹੋਰ ਵੀ ਐਡ ਨਹੀਂ ਲਾਉਂਦੇ। ਲੋਕ ਇਸ ਗੱਲ ਨੂੰ ਔਰ ਇਸ ਦੀ ਅਹਿਮੀਅਤ ਨੂੰ ਘੱਟ ਸਮਝਦੇ ਹਨ। ਮੇਰਾ ਘਰ ਭਾਖੜਾ ਨਹਿਰ ਦੇ ਕੰਢੇ ਹੈ, ਸਿਰਫ 500 ਮੀਟਰ ਦੀ ਦੂਰੀ 'ਤੇ ਭਾਖੜਾ ਨਹਿਰ ਹੈ। ਮੈਂ ਵੀਰਵਾਰ ਨੂੰ ਵੀ ਦੇਖਦਾ, ਸ਼ਨਿਚਰਵਾਰ ਨੂੰ ਵੀ ਦੇਖਦਾ ਅਤੇ ਐਤਵਾਰ ਨੂੰ ਵੀ ਦੇਖਦਾ। ਪੜ੍ਹੇ ਲਿਖੇ ਜਮਾਤਾਂ ਦੀ
ਔਰ ਜਿਨ੍ਹਾਂ ਦੇ ਕੋਲ 10 ਲੱਖ ਤੋਂ ਘੱਟ ਵਾਲੀ ਕੋਈ ਗੱਡੀ ਨਹੀਂ ਹੁੰਦੀ, ਉਹ ਜਮਾਤ ਵੀ, ਐਲੀਟ ਜਮਾਤ ਕਹਿ ਲਓ ਉਹਨੂੰ, ਉਹ ਜਮਾਤ ਵੀ ਅਤੇ ਵਿੱਚ ਜਿਹੜੇ ਸਕੂਟਰਾਂ 'ਤੇ, ਮਾਰੂਤੀ 'ਤੇ ਅਤੇ ਸਾਈਕਲਾਂ 'ਤੇ ਆਉਂਦੇ ਨੇ, ਉਹ ਜਮਾਤ ਵੀ। ਮੈਂ ਇੱਕ ਦਿਨ ਜਾ ਕੇ ਗਿਣਤੀ ਕੀਤੀ, ਮੈਂ ਕਿਹਾ ਚਲੋ ਦੇਖਦੇ ਹਾਂ। ਮੈਂ ਸਿਰਫ ਇੱਕ ਘੰਟਾ ਉੱਥੇ ਖੜ੍ਹਾ ਹੋਇਆ, ਇੱਕ ਘੰਟੇ 'ਚ 135 ਬੰਦਿਆਂ ਨੇ ਟੂਣੇ ਟੋਟ ਕੇ ਕੀਤੇ, ਰੱਖੇ, ਸੁੱਟੇ ਪਾਣੀ 'ਚ, ਭਰਮ ਭੁਲੇਖਿਆਂ ਦੇ, ਕੋਈ ਸੱਤ ਅਨਾਜ, ਕੋਈ ਫਲ, ਕੋਈ ਕੁਛ, ਕੋਈ ਕੁਛ, ਕੋਈ ਸੰਦੂਰ 'ਚ ਲਪੇਟਿਆ ਨਾਰੀਅਲ ਅਤੇ ਫਲਾਣੇ ਅਤੇ ਟਿੰਗਾਣੇ, ਸਾਰਾ ਕੁਛ ਕਰਦੇ ਰਹੇ। ਮੈਂ ਇੱਕ ਘੰਟੇ ਤੋਂ ਵੱਧ ਉੱਥੇ ਖੜ੍ਹ ਨਹੀਂ ਸਕਿਆ। 135 ਬੰਦੇ ਗਿਣਨ ਤੋਂ ਬਾਅਦ ਮੈਂ ਵਾਪਸ ਆ ਗਿਆ। ਸਾਡਾ ਸਮਾਜ, ਅਸੀਂ ਕਹਿ ਰਹੇ ਹਾਂ ਆਧੁਨਿਕਤਾ ਵੱਲ ਵੱਧ ਰਿਹਾ, ਟੈਲੀਵਿਜ਼ਨ ਨੇ ਬਹੁਤ ਕੁਛ ਦਿੱਤਾ, ਯੂਟਿਊਬ ਨੇ ਬਹੁਤ ਕੁਛ ਦਿੱਤਾ, ਫੇਸਬੁੱਕ ਨੇ ਬਹੁਤ ਕੁਛ ਕੀਤਾ ਦਿੱਤਾ, ਵਟਸਐਪ ਨੇ ਬਹੁਤ ਕੁਛ ਦਿੱਤਾ, ਸੋਸ਼ਲ ਮੀਡੀਆ ਨੇ ਬੜੀ ਅਵੇਅਰਨੈਸ ਪੈਦਾ ਕੀਤੀ ਹੈ। ਉਹ ਸਾਰੇ ਵਿੱਚ ਇਹ ਵੀ ਇੱਕ ਸੋਸ਼ਲ ਮੀਡੀਏ ਅਤੇ ਟੈਲੀਵਿਜ਼ਨ ਦੀ ਦੇਣ ਹੈ ਕਿ ਅਸੀਂ ਜਿਹੜੇ ਕਿ ਮੈਂ ਆਪਣੇ ਇਸ ਮਕਾਨ ਵਿੱਚ 1995 ਤੋਂ ਰਹਿ ਰਹੇ ਹਾਂ, ਪਹਿਲਾਂ ਅਜਿਹਾ ਨਹੀਂ ਸੀ। ਇੱਕ ਦੋ ਟੁੱਟ ਕੇ ਟੂਣਿਆਂ ਲਿਆਉਂਦੇ ਸੀ, ਸੜਕ 'ਤੇ ਰੱਖ ਜਾਂਦੇ ਸੀ, ਕਈ ਵਾਰੀ ਮੇਰੇ ਬੂਹੇ ਦੇ ਅੱਗੇ ਵੀ ਰੱਖ ਗਏ, ਕਿਉਂਕਿ ਉਦੋਂ ਮੈਂ ਇਕੱਲਾ ਇੱਥੇ ਹੁੰਦਾ ਸੀ, ਹੋਰ ਕੋਈ ਹੁੰਦਾ ਨਹੀਂ ਸੀ, ਕੋਈ ਕਲੋਨੀ ਨਹੀਂ ਸੀ ਵਸੀ, ਅਤੇ 2-4 ਵੱਧ ਤੋਂ ਵੱਧ ਨਹਿਰ 'ਤੇ ਹੁੰਦੇ ਸਨ। ਹੁਣ ਇੱਕ ਘੰਟੇ ਦੀ ਉਸ, ਮੈਂ ਤੁਹਾਨੂੰ 135 ਬੰਦੇ ਦੱਸ ਰਿਹਾ, ਇਹਨੂੰ ਔਸਤ ਲਾ ਲਓ ਤੁਸੀਂ, 125 ਬੰਦਿਆਂ ਦੀ ਲਾ ਲਓ, 3 ਦਿਨ ਔਸਤ ਲਗਭਗ 4 ਘੰਟੇ ਮਜਮਾ ਲੱਗਾ ਰਹਿੰਦਾ, ਮਜਮਾ। ਅਤੇ ਇਹ ਸਾਡੀ ਆਧੁਨਿਕਤਾ, ਇਹ ਸਾਡਾ ਅੱਗੇ ਵਧੂ ਸਮਾਜ ਹੈ ਕਿ ਇਹ ਪਿੱਛਾ ਖਿੱਚੂ ਸਮਾਜ ਹੋ ਗਿਆ, ਇਹ ਰੂੜੀਵਾਦੀ ਸਮਾਜ ਬਣ ਗਿਆ, ਇਹ ਫਿਰ ਟੂਣੇ ਟੋਟਕਿਆਂ, ਜਾਦੂ ਗਰਾਂ ਅਤੇ ਜੰਤਰਾਂ ਮੰਤਰਾਂ ਦੇ ਬ੍ਰਾਹਮਣਵਾਦੀ ਰੀਤਾਂ 'ਚ ਫਸ ਗਿਆ। ਇਹ ਇੱਕ ਸੋਚਣ ਵਾਲੀ ਬਹੁਤ ਹੀ ਵੱਡੀ ਪ੍ਰੋਬਲਮ ਸਮਾਜ ਲਈ ਪੈਦਾ ਕਰ ਦਿੱਤੀ ਗਈ ਹੈ। ਸਾਨੂੰ ਫਿਰ ਉਸੇ ਪਾਖੰਡ ਦੇ ਕਾਲ ਵਿੱਚ ਪਹੁੰਚਾ ਦਿੱਤਾ ਗਿਆ ਜਿਸ ਪਾਖੰਡ ਦੇ ਕਾਲ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਬਾਹਰ ਕੱਢਿਆ ਸੀ। ਹਰ ਇਹ ਸਿਰਫ ਇੱਕ ਸਮਾਜ 'ਚ ਨਹੀਂ ਹੈ, ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਸਿਰਫ ਹਿੰਦੂ ਸਮਾਜ 'ਚ ਹੈ ਜਾਂ ਸਿੱਖਾਂ 'ਚ ਨਹੀਂ ਹੈ, ਜਾਂ ਸਿਰਫ ਸਿੱਖ ਸਮਾਜ 'ਚ ਹੈ, ਹਿੰਦੂਆਂ 'ਚ ਜਾਂ ਮੁਸਲਮਾਨਾਂ 'ਚ ਨਹੀਂ ਹੈ, ਜਾਂ ਸਿਰਫ ਮੁਸਲਮਾਨ ਸਮਾਜ 'ਚ ਹੈ, ਈਸਾਈਆਂ ਅਤੇ ਹੋਰਾਂ 'ਚ ਨਹੀਂ ਹੈ, ਜਾਂ ਸਿਰਫ ਈਸਾਈਆਂ 'ਚ ਹੈ ਅਤੇ ਹੋਰ ਘੱਟ ਗਿਣਤੀਆਂ ਜਾਂ ਘੱਟ ਕੌਮੀਅਤਾਂ ਜਾਂ ਪਛੜੀਆਂ ਜਾਂ ਨੀਵੀਆਂ ਜਾਤਾਂ 'ਚ ਨਹੀਂ ਹੈ, ਐਸਾ ਕੁਛ ਵੀ ਨਹੀਂ ਹੈ। ਇਸ ਮੁੱਦੇ 'ਤੇ ਸਾਰੇ ਹੀ ਇੱਕ ਸਮਾਨ ਨੇ, ਅਤੇ ਧਰਮ ਆਪੋ ਆਪਣੇ ਧਰਮ ਅਤੇ ਧਾਰਮਿਕ ਸਿੱਖਿਆਵਾਂ ਨੂੰ ਲੱਤ ਮਾਰ ਕੇ ਜੰਤਰ ਮੰਤਰ ਦੇ ਪਾਖੰਡ ਨਾਲ, ਬ੍ਰਾਹਮਣਵਾਦ ਨਾਲ, ਟੂਣੇ ਟੋਟਕਿਆਂ ਵਾਲੇ ਜੋਤਸ਼ੀਆਂ ਨਾਲ ਜੁੜਨ ਵਾਲੀ ਹੈ ਉਹ ਜਮਾਤ ਹੈ ਜਿਹੜੀ ਕਿ ਠੁੱਡ ਮਾਰ ਦਿੰਦੀ ਹੈ ਆਪਣੇ ਆਪਣੇ ਧਰਮ ਅਤੇ ਧਰਮ ਦੇ ਸਿਧਾਂਤਾਂ ਨੂੰ। ਅਜਿਹਾ ਹੀ ਇੱਕ ਵੀਡੀਓ ਮੈਂ ਤੁਹਾਨੂੰ ਹੋਰ ਦਿਖਾਉਣਾ ਚਾਹੁੰਦਾ। ਅਜਿਹੇ ਬਹੁਤ ਬੰਦੇ ਨੇ ਜਿਹੜੇ ਕਹਿੰਦੇ ਨੇ ਮੇਰੇ 'ਚ ਭਾਈ ਮਨੀ ਸਿੰਘ ਜੀ ਆ ਜਾਂਦਾ, ਮੇਰੇ 'ਚ ਭਾਈ ਦੀਪ ਸਿੰਘ ਜੀ ਆ ਜਾਂਦਾ, ਸਾਡੇ ਸ਼ਹੀਦ ਆ ਜਾਂਦੇ ਨੇ। ਅਜਿਹੀਆਂ ਬੀਬੀਆਂ ਵੀ ਬੜੀਆਂ ਨੇ ਪਾਖੰਡ ਕਰਨ ਵਾਲੀਆਂ। ਇਹ ਸਾਰੇ ਪਾਖੰਡਾਂ ਵਾਲਿਆਂ ਦਾ ਇੱਕ ਡੇਰਾ ਵੀ ਹੁਸ਼ਿਆਰਪੁਰ ਵਿੱਚ ਵੀ ਅਤੇ ਉਹ ਹੋਰ ਹਿਮਾਚਲ ਵਿੱਚ ਵੀ ਚੱਲਦਾ ਪਿਆ। ਇਹ ਸਾਰੇ ਪਾਖੰਡਵਾਦ ਦੇ, ਆਓ ਥੋੜ੍ਹੀ ਜਿਹੀ ਗੰਭੀਰਤਾ ਨਾਲ ਝਾਤ ਮਾਰਨ ਤੋਂ ਪਹਿਲਾਂ ਇਹ ਵੀਡੀਓ ਦੇਖ ਲਈਏ। ਵਾਹਿਗੁਰੂ ਜੀ ਕੀ ਫਤਿਹ। ਕਿਹੜਾ ਕਿਹੜੇ ਸ਼ਹੀਦ ਸਿੰਘ ਦੱਸੋ। ਬਾਬਾ ਬੁੱਢਾ ਸਾਹਿਬ ਜੀ ਆ।
ਬੋਤਾ ਸਿੰਘ, ਬਾਬਾ ਬੋਤਾ ਸਿੰਘ ਜੀ। ਅਗਲੇ ਸਵਾਲ, ਇਹ ਸਵਾਲ ਨਹੀਂ ਕਰ, ਸਾਡੇ ਸਵਾਲਾਂ ਦਾ ਜਵਾਬ ਦਿਓ ਮੇਰੇ ਦਾ। ਕੋਈ ਜਵਾਬ ਨਹੀਂ ਮੈਂ, ਕੋਈ ਸਵਾਲ ਨਹੀਂ ਕਰ। ਬਿਲਕੁਲ ਪਖੰਡ ਕਰ ਰਿਹਾ ਤੂੰ, ਬਿਲਕੁਲ ਪਖੰਡ ਕਰ ਰਿਹਾ ਤੂੰ ਪ੍ਰਸ਼ਾਸਨ ਦੀ ਆਈ ਦੇ ਵਿੱਚ, ਬਿਲਕੁਲ ਪਖੰਡ ਕਰ ਰਿਹਾ। ਮੈਂ ਪ੍ਰਸ਼ਾਸਨ ਨੂੰ ਬਾਹਰੋਂ ਆਏ ਹੋਣੇ ਹੱਥ ਕੱਢੀ ਲਾ ਕੇ, ਚਲੋ ਬਾਹਰ ਨੂੰ ਦੇ ਕੇ ਚਲੋ, ਮੈਂ ਨੀ ਦੇਖਾ ਉਹਨਾਂ ਨੂੰ ਬਾਹਰ ਹੈਗਾ ਜਾਂ ਸਾਡੇ ਸਵਾਲਾਂ ਜਵਾਬ ਦੇ ਇੱਥੇ। ਆਪਦੀ ਮਤ ਤੋਂ ਸਾਰੀ ਦੁਨੀਆਂ ਨੂੰ, ਸਾਡੀ ਕੌਮ ਨੂੰ ਬੇੜਾ ਗਰਕ ਕਰਨ ਡਿਆ ਏ। ਮੇਰੇ ਸਵਾਲਾਂ ਜਵਾਬ ਦੇਵੇ ਨਹੀਂ ਮੇਰਾ ਸਿਰ ਤੈਨੂੰ ਮੈਂ ਕੱਢਣਾ ਜਿਹੜਾ ਤੂੰ ਜਵਾਬ ਦੇ ਸਕਦਾ। ਅਸੀਂ ਕਿਸੇ ਦਾ ਖੰਡਨ ਮੰਡਨ ਜਾਂ ਕਿਸੇ ਦੀ ਬਦਨਾਮੀ ਨਹੀਂ ਕਰਨਾ ਚਾਹੁੰਦੇ, ਇਸ ਲਈ ਵੀਡੀਓ ਵਿੱਚ ਦਿਖਾਏ ਗਏ ਸਾਰੇ ਹੀ ਪਾਤਰ ਅਸਲੀ ਹਨ। ਅਸੀਂ ਉਹਨਾਂ ਦੇ ਨਾਮ, ਸਥਾਨ, ਸਾਰਾ ਕੁਝ ਗੁਪਤ ਰੱਖ ਰਹੇ ਹਾਂ। ਇਹ ਸਪਸ਼ਟ ਤੌਰ 'ਤੇ ਦੱਸ ਰਿਹਾ ਕਿ ਹਰ ਜ਼ਿਲ੍ਹੇ ਵਿੱਚ ਅਜਿਹੇ ਪਖੰਡੀ ਤੰਤਰ ਹਨ ਅਤੇ ਸਿੱਖਾਂ ਵਿੱਚ ਹਨ। ਮੈਂ ਹੁਣ ਹੋਰ ਧਰਮਾਂ ਦੀ ਗੱਲ ਛੱਡ ਰਿਹਾ, ਸਿੱਖਾਂ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ। ਉਹ ਸਿੱਖ ਧਰਮ ਜਿਸ ਸਿੱਖ ਧਰਮ ਦੀ ਬੁਨਿਆਦ ਇੱਕ ਅਕਾਲ ਪੁਰਖ, ਕੁਦਰਤ ਅਤੇ ਸਾਰੇ ਹੀ ਧਰਮ ਪਖੰਡਾਂ ਅਤੇ ਟੂਣੇ ਟੋਟਕਿਆਂ, ਜਾਤ ਬਿਰਾਦਰੀ, ਰੰਗ ਭੇਦ ਤੋਂ ਮੁਕਤ ਕਰਕੇ ਇਹਨਾਂ ਸਾਰਿਆਂ ਦਾ ਬੀਜ ਨਾਸ਼ ਕਰਕੇ, ਬੀਜ ਨਾਸ਼ ਮਤਲਬ ਹਮੇਸ਼ਾ ਲਈ ਇਹਨਾਂ ਦੀ ਸਮਾਪਤੀ ਕਰਕੇ ਜਿਸ ਸਿੱਖ ਧਰਮ ਦਾ ਜਨਮ ਹੋਇਆ, ਉਹ ਸਿੱਖ ਧਰਮ ਵਿੱਚ ਇਹ ਸਾਰਾ ਕੁਛ ਫਿਰ ਪਖੰਡਵਾਦ ਆ ਗਿਆ। ਤੁਸੀਂ ਕੋਈ ਕਿਸੇ ਜ਼ਮੀਂਦਾਰ ਦਾ ਟਾਵੇਂ ਟਾਵੇਂ ਨੂੰ ਛੱਡ ਕੇ ਖੇਤ ਨਹੀਂ ਦੇਖੋਗੇ ਜਿੱਥੇ ਕੋਈ ਮੜੀ ਨਾ ਹੋਏ, ਜਿੱਥੇ ਕੋਈ ਤਿੰਨ ਇੱਟਾਂ ਰੱਖ ਕੇ ਸਮਾਧ ਨਾ ਬਣੀ ਹੋਏ ਕਿ ਇਹ ਜੀ ਸਾਡੇ ਸ਼ਹੀਦਾਂ ਦੀ, ਸਾਡੇ ਪੁਰਖਿਆਂ ਦੀਆਂ ਸਮਾਧਾਂ ਨੇ। ਇਹ ਗੱਲਾਂ ਇਸ ਕਦਰ ਸਾਡੇ ਸਮਾਜ ਵਿੱਚ ਘਰ ਘਰ ਚੁੱਕੀਆਂ ਨੇ ਅਤੇ ਜਦੋਂ ਜਿਵੇਂ ਜਿਵੇਂ ਰਾਜ ਸਾਡੇ ਕੋਲ ਆਇਆ ਔਰ ਅਸੀਂ ਸਾਡੇ 'ਚ ਅਮੀਰੀ ਆਈ, ਇਹ ਸਾਰਾ ਬਾਹਮਣਵਾਦ, ਵਿਪਰਵਾਦ, ਪਖੰਡਵਾਦ ਅਤੇ ਟੂਣੇ ਟੋਟਕਾਵਾਦ, ਇੱਕ ਦੂਜੇ 'ਤੇ ਟੂਣੇ ਟੋਟਕੇ ਕਰਾਉਣ ਵਾਲੀਆਂ ਕਿਰਿਆਵਾਂ, ਜੰਤਰ ਮੰਤਰ ਤੰਤਰ ਪੜ੍ਹਨ ਵਾਲੇ ਅਤੇ ਇੱਕ ਦੂਜੇ ਦੇ ਨੁਕਸਾਨ ਕਰਾਉਣ ਵਾਲੇ ਹੈ, ਸਾਰੇ ਕਿੱਸੇ ਕਹਾਣੀਆਂ ਉਵੇਂ ਉਵੇਂ ਪ੍ਰਫੁੱਲਤ ਹੋਈਆਂ ਜਿਵੇਂ ਜਿਵੇਂ ਸਿੱਖ ਅਮੀਰ ਬਣਦਾ ਚਲਾ ਗਿਆ। ਇਸ ਟੂਣੇ ਟੋਟਕੇ ਵਾਲੀ ਸਮਾਜਿਕ ਪ੍ਰਵਿਰਤੀ ਨੇ ਹੋਰ ਜ਼ਿਆਦਾ ਪ੍ਰਬਲ ਢੰਗ ਅਤੇ ਤਰੀਕਾ ਅਖਤਿਆਰ ਕੀਤਾ। ਜਿਵੇਂ ਜਿਵੇਂ ਇਹਨਾਂ ਦੇ ਫਿਰ ਇਸ਼ਤਿਹਾਰ ਲੱਗਣੇ ਸ਼ੁਰੂ ਹੋਏ, ਟੈਲੀਵਿਜ਼ਨ 'ਤੇ ਪ੍ਰੋਗਰਾਮ ਆਉਣੇ ਸ਼ੁਰੂ ਹੋਏ, ਯੂਟਿਊਬ 'ਤੇ ਚੈਨਲ ਬਣ ਗਏ, ਸੋਸ਼ਲ ਮੀਡੀਆ 'ਤੇ ਚੈਨਲ ਬਣ ਗਏ, ਉਹ ਇਸ ਕਦਰ ਪ੍ਰਬਲ ਹੋ ਗਏ ਨੇ ਕਿ ਹੁਣ ਇਹ ਧਰਮ ਤੋਂ ਵੀ ਜ਼ਿਆਦਾ ਪ੍ਰਮੁੱਖਤਾ ਲੈ ਗਏ ਨੇ। ਤੁਸੀਂ ਦੇਖੋਗੇ ਹਰ ਸੜਕ 'ਤੇ ਕਿਸੇ ਨਾ ਕਿਸੇ ਪੀਰ ਦੀ ਸਮਾਧ ਬਣੀ ਹੋਈ ਹੈ, ਔਰ ਉਸ ਪੀਰ ਦੀ ਸਮਾਧ ਨੂੰ ਬਣਾਉਣ ਵਾਲਾ ਕੋਈ ਨਾ ਕੋਈ ਹਿੰਦੂ ਬ੍ਰਾਹਮਣ ਹੈ, ਵਿਪਰਵਾਦੀ ਹੈ। ਉਸ 'ਤੇ ਲਾਈਨਾਂ ਲਵਾ ਕੇ ਖੜ੍ਹੇ ਹੋਣ ਵਾਲੇ ਵੀ ਪਹਿਲਾਂ ਸਾਰੇ ਹਿੰਦੂ ਬ੍ਰਾਹਮਣ ਅਤੇ ਐੱਸ ਸੀ ਬੀ ਸੀ ਜਮਾਤ ਵਿੱਚੋਂ ਲੋਕ ਹੁੰਦੇ ਨੇ। ਫਿਰ ਉੱਥੇ ਤੁਸੀਂ ਦੇਖੋਗੇ ਉਹ ਕਾਰਾਂ ਖੜੀਆਂ ਕਰ ਕਰਕੇ
ਲਾਈਨਾਂ ਲਾ ਲਾ ਕੇ ਮੱਥੇ ਟਿਕ ਟੇਕਦੇ ਨੇ ਅਤੇ ਫਿਰ ਸਾਰਾ ਦੇਖਾ ਦੇਖੀ ਸਮਾਜ ਵੀ ਤੁਰ ਪੈਂਦਾ ਵੀ ਇੱਥੋਂ ਤਾਂ ਇਸ ਪੀਰ ਤੋਂ ਤਾਂ ਬਹੁਤ ਕੁਛ ਮਿਲਦਾ। ਤੁਸੀਂ ਆਪਣੇ ਘਰ ਆਪਣੀ ਇੱਕ ਕੰਧ ਨੂੰ ਹੀ ਪੀਰ ਮੰਨ ਲਓ ਅਤੇ ਉਸ 'ਤੇ ਰੋਜ਼ ਮੱਥੇ ਟਿਕਾਉਣੇ ਸ਼ੁਰੂ ਕਰ ਦਿਉ। 100 ਵਿੱਚੋਂ 20-35 ਬੰਦਿਆਂ ਦੇ ਜਾਂ 50% ਬੰਦਿਆਂ ਦੇ ਅਤੇ ਕੰਮ ਉਂਝ ਹੀ ਬਣ ਜਾਂਦੇ ਨੇ ਆਪਣੀ ਮਿਹਨਤ ਨਾਲ, ਅਤੇ ਫਿਰ ਉਹ ਕੰਧ ਵੀ ਪੀਰ ਘੋਸ਼ਿਤ ਕਰ ਦਿਆ ਜੇ। ਇਹਨਾਂ ਸਾਰੀਆਂ ਚੀਜ਼ਾਂ ਤੋਂ ਹੀ ਸਿੱਖੀ ਨੇ ਵਿਮੁਕਤ ਕੀਤਾ ਸੀ। ਈਵਨ ਜਿਹੜੇ ਪੀਰਾਂ ਦੀਆਂ ਸਮਾਧਾਂ ਬਣਾਈਆਂ ਜਾਂਦੀਆਂ ਨੇ, ਮੁਸਲਮਾਨ ਧਰਮ ਵਿੱਚ ਕਿਸੇ ਵੀ ਪੀਰ ਦੀ ਸਮਾਧ ਦੀ ਪੂਜਾ ਦੀ ਕੋਈ ਆਗਿਆ ਨਹੀਂ ਹੈ, ਅਤੇ ਜਿੰਨੇ ਪੀਰ ਨੇ ਸਾਰੇ ਹੀ ਮੁਸਲਮਾਨ ਘੋਸ਼ਿਤ ਕੀਤੇ ਗਏ ਨੇ, ਅਤੇ ਉੱਥੇ ਜਿੰਨੇ ਵੀ ਉਪਾਸ਼ਕ ਨੇ ਉਹ ਸਾਰੇ ਹਿੰਦੂ ਨੇ। ਤੁਸੀਂ ਉੱਥੇ ਮੁਸਲਮਾਨ ਨਹੀਂ ਦੇਖੋਗੇ, ਸਿੱਖ ਦੇਖੋਗੇ, BC ਦੇਖੋਗੇ, SC ਦੇਖੋਗੇ। ਹੈ ਨਾ ਕਮਾਲ ਦਾ ਭਰਮ ਭੁਲੇਖਾ, ਹੈ ਨਾ ਕਮਾਲ ਦਾ ਇੱਕ ਪ੍ਰਕਾਂਡ ਸਿਰਜਿਆ ਹੋਇਆ। ਔਰ ਉਹ ਜਮਾਤਾਂ ਕਰਦੀਆਂ ਅਤੇ ਕਰਾਉਂਦੀਆਂ ਨੇ ਜਿਨ੍ਹਾਂ ਦੀ ਮੈਂ ਤੁਹਾਨੂੰ ਵੀਡੀਓ ਦਿਖਾਈ। ਅਜਿਹੇ ਪਖੰਡਵਾਦ ਤੋਂ ਸਾਨੂੰ ਆਪਣੇ ਸਮਾਜ ਨੂੰ, ਆਪਣੀ ਮਨੋਬਿਰਤੀ ਨੂੰ ਸੁਧਾਰ ਕੇ ਮੁਕਤ ਕਰਨਾ ਪੈਣਾ। ਅਜਿਹੀਆਂ ਨੂੰ ਲੱਤਾਂ ਮਾਰਨੀਆਂ ਪੈਣੀਆਂ ਨੇ। ਸਮਾਜ ਫਿਰ ਗਲਤਾਨ ਹੋ ਰਿਹਾ, ਉਹ ਉਸੇ ਪੰਜਾਬੀਅਤ ਵਾਲੀ ਗਲਤਾਨਤਾ ਹੀ ਫਿਰ ਪਹੁੰਚ ਰਿਹਾ ਜਿਸ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੱਢ ਕੇ ਸਾਨੂੰ ਇੰਨੀ ਤਨਾੜਤਾ, ਹਰ ਪੱਧਰ ਦੀ ਬੌਧਿਕ ਤਨਾੜਤਾ ਦਿੱਤੀ। ਤਨਾੜਤਾ ਸਿਰਫ ਪੈਸੇ ਦੀ ਨਹੀਂ ਹੁੰਦੀ, ਬੌਧਿਕ ਤਨਾੜਤਾ ਦਿੱਤੀ, ਸੱਭਿਆਚਾਰਕ ਤਨਾੜਤਾ ਦਿੱਤੀ, ਸਭਿਅਤਾ ਦੀ ਤਨਾੜਤਾ ਦਿੱਤੀ, ਸਲੀਕੇ ਦੀ, ਬੋਲਬਾਣੀ ਦੀ, ਅੱਖਰਾਂ ਦੀ, ਸ਼ਬਦ ਦੀ, ਰਹਿਣ ਸਹਿਣ ਦੀ, ਜੀਵਨ ਆਚਰਨ ਦੀ, ਹਰ ਤਨਾੜਤਾ ਸਾਨੂੰ ਦਿੱਤੀ। ਅਸੀਂ ਉਹਨਾਂ ਸਾਰਿਆਂ ਨੂੰ ਹੀ ਲੱਤ ਮਾਰ ਕੇ ਸਿਰ ਦਮੜੀ ਦੀ ਤਨਾੜਤਾ ਨੂੰ ਅਤੇ ਚੌਧਰ ਦੀ ਤਨਾੜਤਾ ਨੂੰ ਆਪਣਾ ਇਸ਼ਟ ਬਣਾ ਲਿਆ ਅਤੇ ਐਟੂ ਨੇ ਟੋਟਕਿਆਂ, ਅਤੇ ਇਹੋ ਜਿਹੇ ਪਖੰਡੀ ਬਾਬਿਆਂ ਦੇ ਮਗਰ ਲੱਗਣ ਲੱਗ ਗਏ ਹਾਂ। ਇਹ ਦੇਹਧਾਰੀ ਪਖੰਡੀ ਜਦੋਂ ਤੱਕ ਅਸੀਂ ਖਤਮ ਨਹੀਂ ਕਰਾਂਗੇ, ਸਾਡਾ ਸਮਾਜ ਆਪਣੇ ਆਪ ਵਿੱਚ ਖੜ੍ਹਾ ਨਹੀਂ ਹੋ ਪਾਏਗਾ। ਮੇਰੀ ਅੱਜ ਦੀ ਵੀਡੀਓ ਬਣਾਉਣ ਦਾ ਸਿਰਫ ਇਹੀ ਮਕਸਦ ਹੈ ਕਿ ਸਮਾਜ ਆਪਣੇ ਆਪਣੇ, ਜਿਹੜੇ ਵੀ ਧਰਮ ਦਾ ਸਮਾਜ ਹੈਗਾ, ਉਹ ਆਪਣੇ ਆਪਣੇ ਧਰਮ ਦੀ ਬੁਨਿਆਦ 'ਤੇ ਇੱਕ ਨਿਸ਼ਠਾ ਨਾਲ ਖੜ੍ਹਾ ਹੋਏ, ਅਟੁੱਟ ਖੜ੍ਹਾ ਹੋਏ, ਅਤੇ ਅਜਿਹੇ ਸਾਰੇ ਪਖੰਡਵਾਦ ਨੂੰ ਖਤਮ ਕਰੇ। ਮੈਂ ਤਾਂ ਮੁਸਲਮਾਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿੰਨੀਆਂ ਸੜਕਾਂ 'ਤੇ ਪੀਰਾਂ ਦੀਆਂ ਸਮਾਧਾਂ ਬਣਾਈਆਂ ਹੋਈਆਂ, ਜੇ ਇੱਕ ਦਿਨ ਤੁਸੀਂ ਮੁਹਿੰਮ ਚੱਕੋ ਅਤੇ ਆ ਸਾਰੀਆਂ ਹੀ ਸਮਾਧਾਂ ਚੁੱਕ ਕੇ ਲੈ ਜਾਓ, ਕਹੋ ਜੀ ਸਾਡੇ ਪੀਰਾਂ, ਸਾਡੇ ਧਰਮ ਵਿੱਚ ਪੀਰ ਦੀ ਸਮਾਧ ਨਹੀਂ ਬਣ ਸਕਦੀ ਅਤੇ ਸਾਡਾ ਕੋਈ ਪੀਰ ਸੜਕ 'ਤੇ ਨਹੀਂ ਇੰਝ ਬਹਿੰਦਾ। ਜ਼ਰੂਰਤ ਤਾਂ ਦਿਖਾਉਣੀ ਹੀ ਪੈਣੀ ਹੈ। ਜੇ ਸਿੱਖ ਸਮਾਜ ਵਿੱਚ ਸਮਾਧਾਂ ਖਤਮ ਕਰਨ ਵਾਸਤੇ ਜ਼ਰੂਰਤ ਦਿਖਾਈ ਅਤੇ ਉਹ ਜ਼ਰੂਰਤ ਇਮਾਨਦਾਰੀ ਤੋਂ ਵੱਧ ਚੌਧਰ ਅਤੇ ਫਿਰ ਚੌਧਰ ਤੋਂ ਵੀ ਵੱਧ ਬੁਰਛਾਗਰਦੀ ਵਾਲੇ ਪਾਸੇ ਘੁੰਮ ਕੇ ਤਬਾਹ ਹੋ ਗਈ। ਇਸ ਅੰਦੋਲਨ ਨੂੰ, ਅਜਿਹੇ ਸਮਾਜਿਕ ਸੁਧਾਰ ਦੇ ਅੰਦੋਲਨ ਨੂੰ ਬੜੇ ਠੰਮੇ ਨਾਲ, ਸਲੀਕੇ ਨਾਲ ਅਤੇ ਸਮਾਜ ਦੀ ਸੰਤੁਸ਼ਟਤਾ ਕਰਦੇ ਹੋਏ ਅੱਗੇ ਵਧਾਉਣਾ ਚਾਹੀਦਾ ਔਰ ਜ਼ਰੂਰ ਵਧਾਉਣਾ ਚਾਹੀਦਾ। ਮੇਰੀ ਅੱਜ ਦੀ ਵੀਡੀਓ ਦਾ ਇਹੀ ਇੱਕੋ ਇੱਕ ਮਕਸਦ। ਜੇ ਪਸੰਦ ਆਇਆ ਤਾਂ ਕਮੈਂਟਸ ਜ਼ਰੂਰ ਕਰਿਆ ਜੇ, ਜੇ ਕਮੈਂਟਸ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਜੇ, ਜੇ ਸ਼ੇਅਰ ਕਰ ਦਿਓ ਤਾਂ ਨਾਲ ਦੇ ਨਾਲ। ਜਿਨ੍ਹਾਂ ਨੇ ਵੀ ਚੈਨਲ C5 ਪੰਥ ਖਾਲਸਾ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਿਆ ਜੇ ਅਤੇ ਬੈੱਲ ਦਾ ਬਟਨ ਜ਼ਰੂਰ ਨੱਪਿਆ ਜੇ, ਆਪਣਾ ਆਸ਼ੀਰਵਾਦ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।